ਨਵੀਂ ਪੀੜ੍ਹੀ ਦੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਕਿ ਵਿਵਾਦਾਂ ਨਾਲ ਬਹੁਤ ਹੀ ਜ਼ਿਆਦਾ ਗੂੜਾ ਰਿਸ਼ਤਾ ਹੈ ਅਤੇ ਉਹਨਾਂ ਦੇ ਇੱਕ ਇੱਕ ਅਪਡੇਟ ਦੀ ਉਹਨਾਂ ਦੇ ਫੈਨਸ ਨੂੰ ਉਡੀਕ ਰਹਿੰਦੀ ਹੈ। ਦੱਸ ਦਈਏ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਹੋਇਆ ਆਊਟਲੋ, ਜਿਸ ਨੂੰ ਕਿ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਅਨਾਊਂਸ ਕੀਤਾ ਕਿ ਉਹ ਹੁਣ ਆਪਣੇ ਗਾਣੇ ਬੈਕ ਟੂ ਬੈਕ ਲੈ ਕੇ ਹਾਜ਼ਰ ਹੋਣਗੇ। ਅਤੇ ਦੁਬਾਰਾ ਹੁਣ ਫਿਰ ਸਿੱਧੂ ਮੂਸੇਵਾਲਿਆਂ ਨੇ ਇੱਕ ਹੋਰ ਅਨਾਊਂਸਮੈਂਟ ਕੀਤੀ ਜੋ ਕਿ ਹੈ ਉਹਨਾਂ ਦੇ ਆਉਣ ਵਾਲੇ ਨਵੇਂ ਗਾਣੇ ਚੋਜ਼ਨ ਦੀ, ਜੋ ਕਿ 14 ਫਰਵਰੀ ਯਾਨੀ ਕਿ ਵੈਲੈਂਟਾਈਨਸ ਡੇ 'ਤੇ ਆ ਰਿਹਾ ਹੈ। ਦੱਸ ਦਈਏ ਗਾਣੇ ਦਾ ਪੋਸਟਰ ਯਾਨੀ ਕਿ ਫਸਟ ਲੁੱਕ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਿਆਂ ਨੇ ਸ਼ੇਅਰ ਕਰ ਦਿੱਤੀ ਹੈ ਅਤੇ ਇਹ ਗਾਣਾ ਸਾਗਾ ਮਿਊਜ਼ਿਕ ਵੱਲੋਂ ਪੇਸ਼ ਕੀਤਾ ਜਾ ਰਿਹਾ। ਗਾਣੇ ਦੇ ਪੋਸਟਰ ਅਤੇ ਗਾਣੇ ਦੇ ਟਾਈਟਲ ਤੋਂ ਪਤਾ ਲੱਗਦਾ ਕਿ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ। ਸੋ ਚੈਨਲ 7 ਰੰਗ ਦੀ ਪੂਰੀ ਟੀਮ ਵੱਲੋਂ ਸਿੱਧੂ ਮੂਸੇਵਾਲਾ ਅਤੇ ਗਾਣੇ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਉਮੀਦ ਕਰਦੇ ਹਾਂ ਕਿ ਗਾਣਾ ਸੁਪਰ ਡੁਪਰ ਹਿੱਟ ਰਹੇਗਾ। ਕਿਸ ਕਿਸ ਨੂੰ ਹੈ ਸਿੱਧੂ ਮੂਸੇਵਾਲਾ ਦੇ ਇਸ ਗਾਣੇ ਦੀ ਉਡੀਕ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ.com।